ਆਲਮ ਸੁੱਤਾ ਵੀ ਹੋਵੇ ਤਾਂ ਉਹਦਾ ਸੋਣਾ ਵੀ ਇਬਾਦਤ, ਜਾਗਦਾ ਵੀ ਹੋਵੇ ਉਹਦਾ ਜਾਗਣਾ ਵੀ ਇਬਾਦਤ, ਉਹ ਪੜ੍ਹ ਪੜਾ ਰਿਹਾ ਉਹਦਾ ਇਬਾਦਤ। ਅੱਲਾਹ ਦੁਨੀਆਂ ਤੇ ਰਵੇ ਤੰਗ ਵੀ ਅੱਲਾਹ ਦੀ ਰਹਿਮਤ, ਦੁਨੀਆਂ ਤੋਂ ਚਲਾ ਜਾਏ ਤੇ ਫਿਰ ਵੀ ਅੱਲਾਹ ਦੀ ਰਹਿਮਤ। ਜਿਸ ਕਬਰਸਤਾਨ ਚ ਆਲਮ ਮਦਫੂਮ ਹੁੰਦਾ ਸੱਜੇ ਖੱਬੇ ਸਾਰੇ ਮੁਰਦੇ ਨੂੰ ਅੱਲਾਹ ਬਖਸ਼ ਦਿੰਦੇ। ਆਲਮ ਵਾਰਸ ਕਿਹਦਾ ਹੈ? ਜਨਾਬੇ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਾ ਮੁਸੱਲੇ ਤੇ ਖਲੋਣਾ। ਅੱਲਾਹ ਇੱਕ ਛੋਟੀ ਜੀ ਗੱਲ ਨਹੀਂ, ਆਪ ਦੀ ਅਜ਼ਵਾਜ, ਆਪ ਦੀ ਬੇਟੀਆਂ ਸਾਰੀਆਂ ਮੌਜੂਦ ਸਨ। ਜਿਸ ਵੇਲੇ ਆਪ ਉੱਥੇ ਮੌਜੂਦ ਹੁੰਦੇ, ਅੱਲਾਹ ਕੀ ਫਰਮਾਉਂਦੇ, ਵਾਇਦਾ ਅਕੁਮ ਤਫੀਹ ਵਾ ਅਕਮ ਤਲਹੁ ਸਲਾ, ਸੋਹਣਿਆ ਤੂੰ ਇੱਥੇ ਹੋਵੇ ਤੇ ਨਮਾਜ਼ ਤੂੰ ਹੀ ਪੜਾਣੀ ਹੈ, ਨਮਾਜ਼ ਕੋਈ ਹੋਰ ਨਾ ਪੜਾਵੇ। ਹੁਣ ਜੀ ਦੀ ਦਾੜੀ ਨੋੜੀ ਮੁੰਨੀ ਦੀ ਕੇ ਖਲੋ ਜਾਂਦਾ ਤਾਂ ਬਾਜ਼ਾਰ ਦੀ ਸੀਧਾ ਬਣੀਆਂ ਤੇ ਪੈਂਟ ਪਾਈ, ਉਹਨੇ ਪਿੱਛੇ ਦੋ ਖਲੋਤੇ ਨਮਾਜ਼ ਪੜਾ ਰਿਹਾ ਸੀ। ਮੈਂ ਕਿਹਾ ਅਸਤਗਫਿਰੁੱਲਾਹ, ਕੁਰਬੇ ਕਿਆਮਤ ਹੈ, ਕੁਰਬੇ ਕਿਆਮਤ। ਅੱਲਾਹ ਸਾਨੂੰ ਚਿਹਰਾ ਦੀ ਅਤਾ ਕਰਨਾ, ਤਕਰੀਰ ਦੇ ਉਸਤਾਦ ਕਰ ਗਏ ਨੇ, ਉਹ ਜੋ ਫਰਮਾ ਰਹੇ ਨੇ ਨਾ ਇੱਕ ਇੱਕ ਲਫ਼ਜ਼ ਸੋਨੇ ਦੇ ਉੱਤੇ ਸੁਹਾਗਾ। ਇਸ ਖਾਨਦਾਨ ਦੀ ਜ਼ਿੰਦਗੀ ਇਸ ਸ਼ਹਿਰ ਦੇ ਅੰਦਰ ਔਰ ਬਲਕਿ ਪੂਰੇ ਪਾਕਿਸਤਾਨ ਦੇ ਅੰਦਰ ਹਜ਼ਰਤ ਮੌਲਾ ਸੂਫੀ ਅਕਬਰ ਅਮੀਰ ਰਹਿਮਤੁਲਲਾਹ ਅਲੈਹ ਸਾਡੇ ਉਸਤਾਦ, ਇਹ ਉਸਤਾਦ ਇਹਨਾਂ ਦੀ ਜਿਤਨੀ ਜ਼ਿੰਦਗੀ ਹੈ ਉਹ ਤਾਂ ਵੀ ਨੇੜੇ ਕੋਲ ਮੋਟੇ ਲੜਕੇ ਤੇ ਬੋਲ। ਅੱਛਾ ਚਾਹੁੰਦੇ ਇੱਕ ਨਮੂਨਾ ਹੈ ਸਾਡੇ ਵਾਸਤੇ। ਮੌਲੀ ਸਾਹਿਬ ਇੱਕ ਜਗ੍ਹਾ ਤੇ ਗਏ ਨਾ ਜਲਸਾ ਕਰਨ, ਬਾਅਦ ਵਿਚਾਰਾਂ ਲੰਬੀ ਤਕਰੀਰ ਕੀਤੀ, ਜਦੋਂ ਨਿਕਲ ਰਹੇ ਤੇ ਜੁੱਤੀ ਗਿਆ ਸੀ, ਆ ਖਲ ਕੇ ਮੁੜ ਕੇ ਉਹਨੂੰ ਸੋਚ ਕੇ ਜਲਸੇ ਦੇ ਰਹੇ ਸੀ। ਇਸ ਵਾਸਤੇ ਮੈਂ ਇਹਨਾਂ ਗੱਲਾਂ ਵੰਡੀ ਦੇ ਕੋਲ ਸਿੱਧੀਆਂ ਗੱਲਾਂ ਨੇ ਤੇ ਦੇਸੀ ਬਾਤਾਂ ਨੇ ਥੋੜੀਆਂ, ਤੇ ਉੱਥੇ ਅਕਸਰ ਮੈਂ ਜੁੱਤੀ ਚੋਰ ਆਉਂਦੇ ਰਹਿੰਦੇ ਹਾਂ ਤੇ ਮੈਂ ਨਮਾਜ਼ੀ ਨੂੰ ਹੌਸਲਾ ਸੇਲੀ ਕਹਿੰਦਾ ਰਹਿੰਦਾ, ਔਰ ਇਹ ਵੀ ਕਹਿੰਦਾ ਰਹਿੰਦਾ ਵੀ ਨਵੀਂ ਜੁੱਤੀ ਮਸੀਤੇ ਨਹੀਂ ਆ, ਪੁਰਾਣੀ ਲਿਆਓ। ਤੇ ਮੈਂ ਵੀ ਗੇਂਡੇ ਸੋਦੀਆਂ ਦੋ ਰੱਖੀਆਂ ਸਨ, ਇੱਕ ਗੱਫੜ ਦਾ ਆਇਆ ਤਾਜਾ ਮੰਡੀ ਨਾ ਕੋਲ ਲੋ ਆਉਂਦੇ ਨੇ, ਉਹ ਵਿਚਾਰੇ ਦੀ ਚੁੱਕੀ ਗਈ ਹਾਜੀ ਸਾਹਿਬ, ਤੇ ਉਹ ਮੈਨੂੰ ਆਖਰ ਦਾ ਮੌਲੀ ਸਾਹਿਬ ਜੁੱਤੀ ਤੇ ਦਿਓ ਮੈਂ ਭੇਜ ਦਵਾਂ, ਉਹ ਮੈਂ ਆਪਣੀ ਘਰੋਂ ਜਾ ਕੇ ਦਿੱਤੀ ਉਹ ਅੱਜ ਤੱਕ ਨਹੀਂ ਆਈ, ਉਹ ਜੁੱਤੀ ਆ ਗਈ। ਅੱਲਾਹ ਚਲੋ ਇਹ ਗੱਲਾਂ ਫਿਰ ਹੋਰ ਪਾਸੇ ਚਲੀਆਂ ਜਾ ਗਈਆਂ। ਇਮਾਮਤ ਮਨਸਬੇ ਇਮਾਮਤ ਇੱਥੇ ਕੋਈ ਹੋਰ ਨਹੀਂ ਖਲੋ ਸਕਦਾ, ਜਿਹਨੂੰ ਰੱਬ ਪਸੰਦ ਕਰੇ ਉਹ ਖਲੋਏਗਾ। ਤੇ ਉਲਮਾ ਇਹ ਸਾਡੀ ਅੱਖਾਂ ਦਾ ਤਾਰਾ ਨੇ, ਇਹ ਪੈਗੰਬਰ ਦੇ ਵਾਰਿਸ ਨੇ, ਇਹ ਪੈਗੰਬਰ ਦੇ ਜਾਨਸ਼ੀਨ ਨੇ। ਜਿਤਨੇ ਮਰਜ਼ੀ ਬੰਬ ਮਾਰ ਕੇ ਯਹੂਦ ਨਸਾਰਾ ਮਾਰ ਲੈਣ, ਇਹ ਦੀਨ ਮੁਕਣਾ ਨਹੀਂ, ਉਲਮਾ ਮੁਕਣੇ ਨਹੀਂ। ਇਸ ਨਬੂਤ ਦੀ ਹਿਫਾਜ਼ਤ ਕਿੰਨੇ ਫਰਮਾਈ, ਫਰਾਸਾ ਨੇ ਜਿੰਨੇ ਮਰਜ਼ੀ ਮੈਂ ਕੱਢਣ, ਹਿਫਾਜ਼ਤ ਅੱਲਾਹ ਕਰ ਰਿਹਾ ਹੈ, ਇਹਨਾਂ ਕੰਧ ਕੱਢ ਕੇ ਮਰਨਾ ਹੈ। ਰੱਬ ਨੇ ਨਬੀ ਦੇ ਸ਼ੇਰ ਹੋਰ ਪੈਦਾ ਕਰ ਦੇ, ਇੱਕ ਕੁਰਾਨ ਦਾ ਹਾਫਜ਼ ਹੋਏਗਾ। ਔਰ ਇੱਥੇ ਮਾਸ਼ਾਅੱਲਾ ਬੱਚੇ ਪੜ੍ਹਨ ਵਾਲੇ ਸਾਰੀ ਰੌਣਕ, ਮੈਂ ਅੱਗੇ ਆਇਆ ਸਾਂ ਉਸਨੇ ਕਾਫੀ ਬੱਚੇ ਨੇ ਮਾਸ਼ਾਅੱਲਾ ਹਲਤ ਦੀ ਮਿਹਨਤਾਂ ਨੇ, ਅੱਲਾਹ ਇਹਨਾਂ ਨੂੰ ਸਜ਼ਾਏ ਖੈਰ ਦੇ, ਅਜਰ ਅਜ਼ੀਮ ਅਤਾ ਫਰਮਾਏ। ਮੈਂ ਤੇ ਉੱਥੇ ਵੀ ਆਪਣੇ ਸਾਥੀਆਂ ਨੂੰ ਕਹਿੰਦਾ ਵਾ ਇਹੋ ਜਿਹੇ ਆਲਮ ਇਮਾਮ ਇਹਨਾਂ ਨੇ ਮੈਨੂੰ ਪਿਆਰ ਕਰਨੇ ਦੀ ਗੱਲ ਸੁਣਾਵੀ, ਮੈਂ ਤੇ ਕਹਾਂ ਮੌਲਵੀ ਨੂੰ ਫਿਰੋ ਸਿਖਾ ਕੇ ਲਿਆ ਰਿਹਾ ਨਾ, ਇਹ ਮੈਂ ਆਪਣੇ ਤੌਰ ਅੱਲਾਹ ਦੀ ਤਰਫੋਂ ਕਰ ਰਿਹਾ। ਇਹੋ ਜਿਹੇ ਉਲਮਾ ਮਸਜਿਦਾਂ ਚ ਹੋਣ ਤੇ ਅੱਲਾਹ ਜੱਦੀ ਰਹਿਮਤ ਨਾਜ਼ਰ ਫਰਮਾਵੇ, ਫਿਰ ਕਿਉਂ ਕੋਈ ਨਮਾਜ਼ੀ ਦੱਸੇ, ਕਿਉਂ ਕੋਈ ਜਾਏ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਆ ਕੇ ਅੱਲਾਹ ਦਾ ਘਾੜੇ ਬਾਤ ਕਰਨ, ਅੱਲਾਹ ਦੇ ਵਿੱਚ ਚੁਕਣ ਵਾਲੇ ਬਣ ਜਾਣ। ਕਿਉਂ? ਜਿਹੜਾ ਮਸਜਿਦ ਚ ਆ ਗਿਆ ਉਹਨੇ ਰੱਬ ਦੀ ਜ਼ਿਆਰਤ ਕਰ ਲਈ। ਰੱਬ ਕਿੱਥੇ ਲੱਭਦਾ ਹੈ? ਘਰਾਂ ਦੇ ਵਿੱਚ, ਅੱਲਾਹ ਦੇ ਘਰ ਵਿੱਚ। ਅੱਲਾਹ ਦੀ ਤੁਸੀਂ ਐਵੇਂ ਨਹੀਂ ਆਉਂਦੇ, ਤੁਹਾਨੂੰ ਰੱਬ ਲਿਆਉਂਦਾ ਹੈ। ਅੱਲਾਹ ਦੀ ਜ਼ਿਆਰਤ ਹੁੰਦੀ ਹੈ ਔਰ ਅੱਲਾਹ ਦਾ ਦੀਦਾਰ। ਇਹ ਨਾ ਸਮਝੋ ਕਿ ਸਾਡੀ ਨਜ਼ਰ ਦਰੀ ਤੇ ਹੈ, ਨਹੀਂ, ਤੁਹਾਡੀ ਨਜ਼ਰ ਅੱਲਾਹ ਦੀ। ਅੱਲਾਹ ਇਸ ਨਮਾਜ਼ ਦੀ ਕਦਰ ਕੁਛ ਨਹੀਂ ਤੇ ਅਬੂ ਬਕਰ ਸਦੀਕ ਰਜ਼ੀ ਅੱਲਾਹ ਨੂੰ ਉਹਨਾਂ ਕੋਲੋਂ ਪੁੱਛੋ ਜਿਹਨਾਂ ਨੂੰ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਅਵਾ ਬਕਰ ਫਲ ਯੁਸੱਲੀ ਬਿਨਾਸ, ਚਲੋ ਮੁਸੱਲੇ ਤੇ ਖਲੋ ਜਾਓ। ਆਖੇ ਹਜ਼ਰਤ ਤੁਹਾਡਾ ਚਾਚਾ ਵੀ ਮੌਜੂਦ ਹੈ, ਵੱਡੇ ਵੀ ਮੌਜੂਦ ਨੇ, ਬੜੇ ਬੜੇ ਸਾਹਬਾ ਵੀ ਮੌਜੂਦ ਨੇ, ਉਬੈ ਇਬਨ ਖਾਲ ਮੈਂ ਖਲੋਵਾਂ। ਆਖੇ ਅਬੂ ਬਕਰ ਮੇਰਾ ਰੱਬ ਨਹੀਂ ਮੰਨਦਾ, ਮੇਰਾ ਅੱਲਾਹ ਮੈਂ ਅਬੂ ਬਕਰ ਦੀ ਮੌਜੂਦਗੀ ਤੇ ਹੋਰ ਕੋਈ ਨਹੀਂ ਹੋਇਆ ਮੇਰੇ ਪੈਗੰਬਰ, ਜਾਂ ਤੂੰ ਹੋਏਗਾ ਤੇ ਜਾਂ ਅਬੂ ਬਕਰ ਹੋਏਗਾ। ਨਮਾਜ਼ ਸਹੀ ਪੜ੍ਹੋ। ਔਰ ਗੱਲ ਯਾਦ ਆ ਗਈ ਇੱਕ ਨਮਾਜ਼ ਕੋ, ਇੱਕ ਨੌਜਵਾਨ ਨੂੰ ਤਰਗੀਬ ਦਿੱਤੀ, ਉਹ ਵਿਚਾਰਾ ਨਮਾਜ਼ ਪੜ੍ਹਨੀ ਸ਼ੁਰੂ ਹੋਇਆ ਬੜੀ ਖੁਸ਼ੂ ਨਾਲ। ਇੱਕ ਬਜ਼ੁਰਗ ਵੀ ਸਨ ਉੱਥੇ, ਉਹਨਾਂ ਦਾ ਆਖਰ ਪੁਰਾਣੇ ਬਜ਼ੁਰਗ ਸਨ, ਨਮਾਜ਼ ਪੜ੍ਹਦੇ ਸਨ ਬੜੀ ਅੱਛੀ ਤਰੀਕੇ ਨਾਲ। ਉਹਨੇ ਸਿਰਫ ਚਾਰ ਸੂਰਤਾਂ ਪੜ੍ਹੀਆਂ ਤੇ ਉਹ ਵਿਚਾਰੇ ਪੂਰੀ ਨਮਾਜ਼ ਪੜ੍ਹ
ਉਹਨੇ ਕਿਹਾ ਹਜ਼ਰਤ ਅਸਲਾਮ ਅਲੈਕੁਮ, ਮੈਂ ਤੇ ਚਾਰ ਸੁਨਤਾਂ ਪੜ੍ਹੀਆਂ, ਤੁਸੀਂ ਪੂਰੀ ਨਮਾਜ਼ ਪੜ੍ਹ ਲਈ ਹੈ? ਉਹਨੇ ਕਿਹਾ ਹਾਂ, ਮੇਰੇ ਬਜ਼ੁਰਗ ਤੁਸੀਂ ਸਲਾਮ ਕਰੇ ਹੋ, ਇੱਕ ਮੁਹੱਬਤ ਦੀ ਮਿਸਾਲ ਹੈ, ਤੁਸੀਂ ਸਾਡੇ ਵਾਸਤੇ ਬਹੁਤ ਕੀਮਤੀ ਇਨਸਾਨ ਹੋ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਉਹਨਾਂ ਕਿਹਾ ਪੁੱਤਰ ਕਿੰਨੇ ਦਿਨ ਹੋ ਗਏ ਨਮਾਜ਼ ਸ਼ੁਰੂ ਕੀਤੇ ਆ? ਆਖ ਲੰਘਾ ਹਜ਼ਰਤ ਮਹੀਨਾ ਹੋਇਆ। ਉਹਨਾਂ ਕਿਹਾ ਤੈਨੂੰ ਹਜੇ ਮਹੀਨਾ, ਮੈਨੂੰ 50 ਸਾਲ ਹੋ ਗਏ ਪੜ੍ਹਦੇ ਆ, ਤੇ ਮੈਂ ਤਾਂ ਤਜਰਬੇ ਵੀ ਨਮਾਜ਼ ਪੜ੍ਹਨਾ, ਤਜਰਬਾ ਹੀ ਬੜਾ ਹੈ, ਅੱਲਾਹ ਨੂੰ ਤਜਰਬਾ ਵੀ ਕਬੂਲ ਹੈ, ਅੱਲਾਹ ਨੂੰ ਤਜਰਬਾ ਵੀ ਕਬੂਲ ਹੈ। ਲਾ ਇਲਾਹਾ ਇਲਲਾ, ਹਰ ਇਨਸਾਨ ਅੱਲਾਹ ਤਬਾਰਕ ਵ ਤਾਲਾ ਜਿਹੜਾ ਮੋਮਿਨ ਹੋਏਗਾ, ਮੁਤਕੀ ਹੋਏਗਾ, ਰੱਬ ਅੱਗੇ ਝੁਕਣ ਵਾਲਾ ਹੋਏਗਾ, ਅੱਲਾਹ ਨੂੰ ਆਪਣੀ ਜ਼ਿਆਰਤ ਕਰਾਂਗੇ। ਜਿਹੜਾ ਸਾਲ ਬਾਅਦ ਕਿਸੇ ਨੂੰ ਜ਼ਿਆਰਤ ਹੋਏਗੀ, ਕਿਸੇ ਨੂੰ ਮਹੀਨੇ ਬਾਅਦ ਹੋਏਗੀ, ਜਿਹੜਾ ਨਮਾਜ਼ ਚ ਹਿਲ ਜੁਲ ਕਰਦਾ ਹੈ, ਇੱਧਰ ਵੀ ਦੇਖਦਾ ਉੱਧਰ ਵੀ ਦੇਖਦਾ, ਉਹਨੂੰ ਸਾਲ ਬਾਅਦ ਹੋਏਗੀ। ਜਿਹੜਾ ਖੁਸ਼ੂ ਖਜ਼ੂ ਨਾ ਪੜਦਾ ਹੈ, ਉਹਨੂੰ ਅੱਲਾਹ ਜ਼ਿਆਰਤ ਕਰਾਂਗੇ, ਮਹੀਨੇ ਬਾਅਦ ਵੀ ਕਰਾਂਗੇ। ਸ਼ਹੀਦ ਹੋ ਗਏ ਨਾ, ਉਹ ਕੀ ਸਮਝਦੇ ਨੇ ਮੁੱਕ ਜਾਏਗਾ ਕੰਮ? ਆਹਾ, ਹੱਕ ਵਾਲੇ ਲੋਕ ਨੇ। ਸੈਯਦ ਤਾਉਲਾ ਸ਼ਾਹ ਬੁਖਾਰੀ ਸਭ ਕਹੋ ਰਹਿਮਤੁਲਾ ਅਲੈਹ, ਕਿਸੇ ਨੇ ਪੁੱਛਿਆ ਹਜ਼ਰਤ ਦੁਨੀਆ ਦੇ ਹੱਕ ਵਾਲਿਆਂ ਦੀ ਨਿਸ਼ਾਨੀ ਕੀ ਹੈ? ਹੱਕ ਵਾਲਿਆਂ ਦੀ ਨਿਸ਼ਾਨੀ ਕੀ ਹੈ? ਫਰਮਾਇਆ ਜੀ ਦੇ ਅਲਸਾਰੇ ਦੀ ਤਲਵਾਰਾਂ, ਅੱਜ ਦਿਓਬੰਦ ਸਾਹਿਬਾਂ ਦੇ ਮਨ ਨਾਲ ਸਭ ਦੀਆਂ ਤਲਵਾਰਾਂ, ਅੱਲਾ ਇਹਨਾਂ ਉਲਮਾ ਦੀ ਹਿਫਾਜ਼ਤ ਫਰਮਾਏ। ਇੱਕ ਵਾਰ ਗੱਲ ਯਾਦ ਆ ਗਈ, ਸਾਡੀ ਖੁਸ਼ਕਿਸਮਤੀ ਹੈ ਆਪਣੇ ਆਪਣੇ ਉਲਮਾ ਦੀ ਖਿਦਮਤ ਕਰਨੀ, ਸਾਡੀ ਖੁਸ਼ਕਿਸਮਤੀ ਹੈ ਵਿੱਚ ਕਿ ਅਸੀਂ ਉਹਨਾਂ ਦੀ ਖਿਦਮਤ ਕਰੀਏ, ਹਦੀਏ ਦਈਏ, ਤੋਹਫੇ ਤਹਾਇਫ ਦਈਏ। ਉਹ ਸਾਡਾ ਤੇ 50,000 ਗੁਜ਼ਾਰੇ ਨਹੀਂ ਹੁੰਦਾ, ਲੱਖ ਚ ਨਹੀਂ ਹੁੰਦਾ, ਉਹ ਵਿਚਾਰੇ 10-15,000 ਚ ਕਰਾ ਲੈਂਦੇ ਸੀ। ਤੇ ਅੱਲਾਹ ਕਰੀ ਸਮਾਨ ਦੀ ਦੂਜੀ ਸ਼ਾਦੀ ਵੀ ਕਰਦੇ ਆ ਖਵਾ ਵੀ ਖਿਦਮਤ, ਰੱਬ ਹੱਜ ਵੀ ਕਰਾ ਦਿੰਦਾ, ਉਮਰੇ
ਵੀ ਕਰਾ ਦਿੰਦਾ। ਮੈਨੂੰ ਨਹੀਂ ਸੀ ਹੁੰਦਾ ਅੱਲਾ ਮੈਨੂੰ ਪਿਛਲੇ ਸਾਲ ਕਰਾ ਦਿੰਦਾ। ਆਖੋ ਸੁਭਾਨ ਅੱਲਾ। ਬਾਬਾ ਜ਼ਿਆਰਤਾਂ ਕੀਤੀਆਂ, ਆਪਦੇ ਰੋਜ਼ੇ ਤੇ ਗਿਆ, ਬੜਾ ਦਿਲ ਖੁਸ਼ ਹੋਇਆ। ਉਸ ਤੋਂ ਬਾਅਦ ਐਸਾ ਕਰੋਨਾ ਸ਼ਰੀਫ ਆ ਕੇ ਸਭ ਕੁਝ ਬੰਦ ਹੋ ਗਿਆ। ਮੈਂ ਰੱਬਾ ਸ਼ੁਕਰ ਹੈ ਤੇਰਾ, ਇਹ ਕੁਝ ਨਹੀਂ ਕਰੋਨਾ ਸ਼ੁਰੂ ਹੁੰਦਾ। ਇਸੇ ਵਿੱਚ ਹੁਦਨ ਸਾਰਾ ਦੀ ਇੱਕ ਚਾਲ ਸੀ, ਇੱਕ ਸਾਦਰ ਸੀ, ਜਿਹਨੇ ਬਹੁਤੇ ਮਾਸਕ ਲਾਏ ਨੇ ਬਹੁਤੇ ਅੱਗੇ ਗਏ, ਜਿਹਨੇ ਨਹੀਂ ਲਾਏ ਨੇ ਰੱਬ ਨੇ ਸਲਾਮ ਰੱਖਿਆ। ਦਰੂਦ ਸ਼ਰੀਫ ਪੜਿਆ ਕਰੋ, ਹਰ ਰੋਜ਼ ਪੜਿਆ ਕਰੋ। ਉਹ ਗੱਲ ਵਿੱਚ ਲੱਗੀ ਹਾਥੀ ਵਾਲੀ ਸੁਣ ਲਈ, ਯਾਦ ਰੱਖੀ ਬੜਾ ਹੱਸਦਾ ਪਿਆ ਤੂੰ, ਮਾਸ਼ਾਅੱਲਾ ਅੱਲਾ ਤੈਨੂੰ ਬਿਮਾਰੀ ਪੱਕਾ ਬਣਾਵੇ। ਆਖੋ ਆਮੀਨ। ਹਾਂ, ਉਹਨੇ ਐਲਾਨ ਕੀਤਾ ਕਿ ਮੇਰੇ ਹਾਥੀ ਨੂੰ ਜਿਹੜਾ ਰਵਾਏਗਾ ਉਹਨੂੰ ਇਤਨਾ ਇਨਾਮ ਮਿਲੇਗਾ। ਵਕਤ ਦੇ ਉੱਥੇ ਕਿ ਇਮਾਮ ਸਾਹਿਬ ਸਨ, ਮੌਲਵੀ ਸਾਹਿਬ ਮਸਜਿਦ, ਉਹਨਾਂ ਵੀ ਨਾਮ ਸੁਣਿਆ ਆ ਗਿਆ। ਕੋਈ ਆਇਆ ਉਹਨੇ ਕਿਹਾ ਬਈ ਮੇਰਾ ਬੇਟਾ ਫੋਟ ਹੋ ਗਏ। ਕਿਸੇ ਨੇ ਕੋਈ ਉਹਨੂੰ ਖਾਬ ਸੁਣਾਈ, ਕਾਮੇ ਚਾਤੀ ਦੇ ਹਾਜੀ ਵੀ ਰੋਇਆ। ਵਕਤ ਦੇ ਜਿਹੜੇ ਇਮਾਮ ਸਾਹਿਬ ਸੀ ਨਾ ਮੌਲਵੀ ਸਾਹਿਬ, ਉਹ ਵੀ ਆ ਗਏ। ਉਹਨਾਂ ਆ ਕੇ ਇੱਕ ਗੱਲ ਕੀਤੀ, ਹਾਜੀ ਹਜ਼ਾਰੋ ਕਜ਼ਾਰ ਬੋਲਣਾ ਸ਼ੁਰੂ ਹੋ ਗਏ। ਉਹਨੇ ਕਿਹਾ ਮੌਲਵੀ ਸਾਹਿਬ, ਬਾਦਸ਼ਾਹ ਨੇ ਕਿਹਾ ਗੱਲ ਲੈ ਵੇ ਕਿ ਤੁਹਾਡਾ ਇਨਾਮ ਤੇ ਖਰਾ ਹੋ ਗਿਆ, ਪਰ ਤੁਸੀਂ ਜਿਹੜਾ ਇਹਨੂੰ ਦਮ ਕੀਤਾ ਜੋ ਕਿਹਾ ਉਹ ਮੈਨੂੰ ਦੱਸ ਦਿਓ, ਮੈਨੂੰ ਜ਼ਰਾ ਪਤਾ ਲੱਗ ਜਾਏ। ਉਹਨਾਂ ਕਿਹਾ ਮੈਂ ਇਹਨੂੰ ਕੋਈ ਦਮ ਨਹੀਂ ਕਿਹਾ, ਮੈਂ ਕੁਛ ਨਹੀਂ ਕਿਹਾ, ਮੈਂ ਇਹਨੂੰ ਸਿਰਫ਼ ਆਪਣੀ ਮਹੀਨੇ ਦੀ ਤਨਖਾਹ ਦੱਸੀ। ਬੋਲੋਗੇ ਉਹ
ਕੋਈ ਸ਼ਾਇਦ ਆਖੇ ਤੇ ਦਰੂ ਸ਼ਰੀਫ ਪੜੋ ਸੱਲੱਲਾਹੁ ਅਲੈਹਿ ਵਸੱਲਮ ਮਸੱਲਮ ਇਸਲਾਮ ਹੈ ਸਾਹਬਾ ਨੇ ਅਰਜ਼ ਕੀਤੀ ਸੀ ਨਾ ਯਾ ਰਸੂਲਲਾ ਸੱਲਮ ਅਸੀਂ ਕਿਹੜਾ ਦਰੂ ਸ਼ਰੀਫ ਪੜ੍ਹੀਏ ਆਪਣੇ ਪੜ੍ਹਾਈ ਵਿੱਚ ਦਰੂ ਸ਼ਰੀਫ ਪੜ੍ਹ ਕੇ ਦੱਸੇ ਹਜ਼ਰਤ ਤੁਸੀਂ ਕਿਹੜਾ ਪੜ੍ਹਦੇ ਹੋ ਆਪਣੇ ਫਰਮਾਨ ਮੈਂ ਵੀ ਇਹ ਪੜ੍ਹਦਾ ਹੁਣ ਮੌਲਵੀ ਨੇ ਮੈਨੂੰ ਕੱਢ ਦੇ ਨੇ ਇਸ ਵਾਸਤੇ ਨੇ ਇਹੋ ਹੀ ਦਰੂ ਸ਼ਰੀਫ ਬਾਕੀ ਜਿਹੜੇ ਸਹੀ ਹਦੀਸ ਤੋਂ ਮੁਸਤਰਦ ਸਾਬਤ ਨੇ ਉਹ ਪੜ੍ਹੋ اللہ اکبر وہ ہے محبوب کل سونا ختم الرسول جتو نام دا گیا رنگ لام دا گیا ਜਿਹਦੇ ਜ਼ਿਕਰ ਵਿੱਚ ਨਾ ਸਕੂਨ ਹੈ ਜੋ ਸੋਹਣੇ ਨਬੀ ਦੇ ਜ਼ਿਕਰ ਕਰਨ ਵਿੱਚ ਇਤਨਾ ਇਤਮੀਨਾਨ ਹੈ ਜੇ ਅਸੀਂ ਆਪਣੀ ਜ਼ਿੰਦਗੀ ਚੋਂ ਅਮਲ ਬਣਾ ਲਈਏ ਤੇ ਸਾਨੂੰ ਕਿਤਨਾ ਸਕੂਨ ਮਿਲ ਜਾਏਗਾ ਇਸ ਵਾਸਤੇ ਫਰਮਾਇਆ ਆਪਣੇ ਨਾਲ ਤਾਂ ਮਸਕ ਬੇ ਸੁਨਦੀ ਪਿੰਡਾ ਵਸਾ ਦੇ ਉਮਦੀ ਫਲਾਹੂ ਅਜਰੁ ਮਿਆਦਾ ਸ਼ਹੀਦ ਉਹ ਲੋਕੋ ਮੇਰੀ ਸੁਨਤ ਨੂੰ ਨਾ ਛੱਡਿਓ ਮੇਰੇ ਤਰੀਕੇ ਨੂੰ ਨਾ ਛੱਡਿਓ ਮਨ ਸਹੀਆ ਸੁਨਤੀ ਵਗਦ ਹੁਰਮਾ ਅਲੇ ਸ਼ਫਾਫੀ ਮੇਰੀ ਸੁਨਤ ਨੂੰ ਛੱਡ ਦੇਗਾ ਸਭ ਤੋਂ ਬਿਹਤਰੀਨ ਤਰੀਕਾ ਕਿਹਦਾ ਹੈ ਜਨਾਬੇ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਾ ਖਾਣਾ ਕਿਸ ਤਰ੍ਹਾਂ ਖਾਂਦਾ ਸੀ ਚੱਲਦੇ ਕਿਸ ਤਰ੍ਹਾਂ ਸਨ ਗੁਫ਼ਤਗੂ ਕਿਸ ਤਰ੍ਹਾਂ ਫਰਮਾਉਂਦੇ ਸਨ ਬੈਤੁਲ ਖਲਾਤ ਕਿਸ ਤਰ੍ਹਾਂ ਜਾਂਦੇ ਸਨ ਕਿੰਨਾ ਉਂਗਲੀਆਂ ਨਾਲ ਬਖਾਨਾ ਸਾਫ਼ ਕਰਦੇ ਸਨ ਖੱਬੇ ਹੱਥ ਦੀਆਂ ਦੋ ਉਂਗਲੀਆਂ ਯਾਦ ਰੱਖਿਓ ਤੇ ਬਖਾਨੇ ਸਾਫ਼ ਸੁਣਿਆ ਹਿੱਸਾ ਹੈ ਜ਼ਿੰਦਗੀ ਦਾ ਸਲਮਾਨ ਫਾਰਸੀ ਦੇ ਜਿਨ੍ਹਾਂ ਨੂੰ ਆਖਿਆ ਸੀ ਨਾ ਉਹਨਾਂ ਨੇ ਤੁਹਾਡੇ ਪੈਗੰਬਰ ਹਰ ਚੀਜ਼ ਦਾ ਸਾਹਮਣੇ ਮੈਂ ਹਾਂ ਹਰ ਚੀਜ਼ ਹਰ ਛੋਟੇ ਤੋਂ ਵੱਡਾ ਆਲਮ ਪੈਗੰਬਰ ਤੋਂ ਲੈ ਕੇ ਆਖਰ ਤੱਕ ਸਾਰੇ ਜ਼ਿੰਦਗੀ ਦੇ ਮਾਮਲਾਤ ਦਾ ਸੀ ਇਧਰੋਂ ਨਾਖੂਨ ਕੱਟਣੇ ਨੇ ਜੁਮੇ ਆ ਦੇਣ ਸੁਨਤ ਇਧਰੋਂ ਕੱਟ ਉਹ ਜੀਰੀਆਂ ਦੇ ਜਿਹੜੇ ਵੱਡੇ ਨਾਖ ਮੈਨੂੰ ਕੋ ਦਮ ਕਰਾਉਣ ਆਉਂਦੀਆਂ ਅੱਲਾ ਅੱਲਾ ਦੀ ਬੰਦੀ ਖੁਦਾ ਦਾ ਹੋਰ ਬਿਮਾਰੀ ਤੇ ਆਪ ਤੁਸੀਂ ਮਾੜੀ ਹੋਈ ਹੈ ਫਿਰ ਪਰਦਾ ਹੋ ਗਈ ਆ ਗੈਰਤ ਹੋ ਗਈ ਆ ਨਾਖੂਨ ਕੱਟਦੀਆਂ ਨੇ ਆਟੇ ਭੁੰਨਦੀਆਂ ਸਾਰਾ ਕੁਝ ਕਰ ਉਹ ਬਿਮਾਰੀਆਂ ਤੁਸੀਂ ਆਪ ਨਹੀਂ ਬਣਾਉਂਦੀਆਂ ਨੇ ਇਹਨਾਂ ਜੈਸੀ ਮਰਜ਼ ਇੱਕ ਬਿਮਾਰੀ ਹੈ ਜਿਹੜੀ ਲਾ ਇਲਾਜ ਪੈਦਾ ਹੁੰਦੀ ਮਰਦਾਂ ਵਾਸਤੇ ਵੀ ਹੁਕਮ ਔਰਤਾਂ ਵਾਸਤੇ ਵੀ ਹੁਕਮ ਕਿ ਨਾਖੂਨ ਕੱਟੋ ਹਰ ਨਬੀ ਨੇ ਇਹ ਦੁਆ ਮੰਗੀ ਇਬਰਾਹੀਮ ਅਲੈਹਿ ਸਲਾਮ ਨੇ ਦੁਆ ਕੀਤੀ ਯਾ ਅੱਲਾ ਮੇਰੀ ਮੁਹੱਬਤ ਲੋਕਾਂ ਦੇ ਦਿਲਾਂ 'ਚ ਪਾ ਦੇ ਮੇਰੀ ਮੁਹੱਬਤ ਸਾਰੀ ਦੁਨੀਆ ਮੈਨੂੰ ਅੱਛੇ ਨਾਵਾਂ ਨਾਲ ਯਾਦ ਕਰੇ ਸਾਰੀ ਦੁਨੀਆ ਮੈਨੂੰ ਅੱਛੇ ਅਲਫਾਜ਼ ਨਾਲ ਯਾਦ ਕਰੇ ਅੱਲਾ ਪਾ ਦਿੱਤੀ ਸੋਹਣਿਆ ਜਿਸੇ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਦੀ ਵਾਰੀ ਆਈ ਪਰ ਮੈਂ ਉਹਨਾਂ ਮੰਗੀਏ ਅਸੀਂ ਮੰਗਣ ਤੋਂ ਬਗੈਰ ਜਿਹਦੇ ਨੂੰ ਅਦਾ ਫਰਮਾ ਦਿੰਦੇ ਹਾਂ ਵਾਦਾ ਫਾਨਾ ਝੰਡੀਆਂ ਚੜ੍ਹਨ ਦੀਆਂ ਲੱਗੀਆਂ ਨੇ ਖਾ ਪੀ ਰਹੇ ਨੇ ਮੌਜਾ ਕਰ ਰਹੇ ਨੇ ਇਹਨਾਂ ਨੂੰ ਕੀ ਪਤਾ ਹੋਵੇ ਦੀਨ ਕੀ
کی ہے، عشق کیا ہے، محبت کیا ہے، وہ پوچھ لیتے بلال کو میں پوچھو، وہ پوچھ لیتے سلمان فارسی کو میں پوچھو، ایسے عاشق دنیا تے قیامت تک نہیں آئیں گے جنہوں نے فرمایا سی محمد الرسول اللہ صلی اللہ علیہ وسلم نے، اے بلال تو میرے قدمے چلے گا، ابو بکر سجے ہوئے گا، تو کھبے عمر فاروق کھبے، اور تو میرے قدمے سامنے، کیونکہ خاتم سن جتی اٹھا دے سن، قبر شام ہے، حشر کی تو ہوئے گا محمد الرسول اللہ صلی اللہ علیہ وسلم، اللہ ساٹا بھی ہوتے فرما دے، آپ نے فرمایا میدان معاشر دے اندر بلال آئے گا، سن ہوں اپنی دے اتے سوار ہو کے میں براغ دے اتے سوار ہوں والا، بلال حشر دے میدان چلان دے گا، سارے یہ زان سنن گے، خاموشی ہو جائے گی، او در ابو نام آپ کا چاچا، دیکھ لو گھر دا فرد جشن منان والا، سیمیاں کھان والا، لوڈیاں آزاد کرن والا، سب کچھ کرنے والا، لہبا دین شولے نو متھا اگن چمک، ہاشمی قریشی سی نا متھا چمکدا سی، تے محمد رسول اللہ صلی اللہ علیہ وسلم کو کٹ گیا، تے رب نے کتھے جا سٹیا نسبت کم نہیں ہو، اللہ اکبر، اپنے اسلام دے اللہ سب قائم رکھے اور محمد رسول اللہ صلی اللہ علیہ وسلم سچی اتباع نصیب فرمائے، اور یہود و نصارہ دی سیاست اللہ محفوظ رکھے، اے یہود و نصارہ دا کوشش ہے کہ مسلمانہ دے بچے انہاں دے بڑے نیٹ دیو ٹیبل دیو ٹیلی ویژن دیو، انہاں ختم کرو، انہاں دا ایمان ختم کرو، انہاں دا جذبہ ایمانی ختم کر دیو، ترکیا کول کی سی 500 سال کافرن نوں اکے لائی رکھیا، 500 سال یورپ اگے لگیا رہیا، انہاں وچ ایمان سی، انہاں وچ ایمانی طاقت موجود سی، جذبہ موجود سی، اس واسطے آپ علیہ الصلوۃ والسلام نے فرمایا کہ لوگو نفل عبادات کہاں چ کرے، نفل سنتا کتے پڑھیا کرو، گھر تے حرم شریف چ پڑھن نالو زیادہ سونا، بچے دیکھن گے میرا ابا کی پڑھ رہے ہیں، میرا ابا میری امی کی پڑھ رہی ہے، قرآن پڑھ رہے ہیں، اتنا اجر و ثواب ہے، اللہ صلی اللہ علیہ وسلم وعلی محمد کما صلی علی ابراہیم وعلی ابراہیم انک حمید مجید، اللہ سبحان اللہ مباد فرمائے، اللہ دین شاد و باد رکھے، حضرت مولانا نور اللہ باد رکھے، انہوں نے بھائی سارے دین دے خادم نے، انہوں نے والدہ بڑی نیک سی، اللہ دی ولی ایسی، ساڈے بزرگوں کو اتنے پڑھتے رہے آندے رہے زیارت ہوئی، بڑے نیک سن، اس ماں باپ کا صدقہ جاری ہے، اے تسی ستے ہوئے اور رو کے اللہ کے دعا ما کر دے، اللہ سب نو حفاظت فرما، اللہ ان سارے ساتھی نو سلامت رکھ، اے خاص اے خاص نے رسول وقت دعا ہے، جو دن بڑی شان سے نکلا تھا وطن سے پردیس میں وہ آج غریب غربا ہے، اے الہ العالمین رب کریم خالق کونین رحمان و رحیم، ہم کو ہر مذہب کا پیروکار کر، پھر دین اسلامی کا تابع دار کر، پھر ہمیں پورا مسلمان دے بنا، پھر ایمان کامل کر عطا، اے خدا رحمت للعالمین پر صبح و شام لاکھوں کروڑوں صلوات و سلام، اللہ سب کی نیک دعاؤں کو قبول فرمائے، انہیں بچیاں بچیاں رشتے دے سباب نے اللہ پیدا فرمائے، جڑے اس معاملے وچ پریشان ہے اللہ تو اچھے مستقبل دی شفاعت فرما، اللہ تمام بزرگوں کو سلامت سب کو اللہ سلامت رکھے، اس مسجد کو اللہ سلامت رکھے، تھوڑا آنا اللہ قبول فرمائے، اس مجلس کو اللہ قبول فرمائے، ساڈے سے بخشش دا ذریعہ بنا دے، یا اللہ آخرت دے ساڈے سے بخشش دا ذریعہ بنا، ہاں جی بیماروں اللہ شفا عطا فرمائے، بھائی جتنے بیمار ہیں مسلمان اپنے بگانے محلے چ ہسپتالاں دے دور امت دے اندر تمام مریضاں نوں اللہ شفا کامل عطا فرما، اللہ تیرے کو مانگ دے تیرے خزانے بھرے ہوئے نے، اللہ ہر خطرناک بیماری تو محفوظ رکھے، خطرناک روزی مرضی تو اللہ محفوظ رکھے، اللہ ایمان دے سلامت فرمائے، اس محلے نوں مسجد نوں اللہ ہمیشہ قائم و دائم رکھے، انہاں ساتھیاں دے جذبے نوں اللہ قائم رکھے، یا رب ساڈے ماں باپ نے ماں باپ سب دی روشن فرما دے، جڑے دین پڑھ رہے اللہ انہاں دی حفاظت فرمائے، مدرسے دی مشتری فرمائے، حق دی اللہ حفاظت فرمائے، اللہم بارک علی محمد وعلی آل محمد، سب ساتھی درود شریف پڑھیا کرو، دعا جی تے شروع وچ بھی دعا دے بعد وچ بھی، اللہم بارک علی محمد وعلی آل محمد کما بارک
ਜਿਹੜੀਆਂ ਬੱਚੀਆਂ ਭੈਣਾਂ ਬੀਬੀਆਂ ਆਈਆਂ ਅੱਲਾਹ ਦੇ ਜਜ਼ਬਾ ਕਬੂਲ ਫਰਮਾਏ, ਸਭ ਦੀ ਇੱਜ਼ਤ ਦੀ ਅੱਲਾਹ ਹਿਫਾਜ਼ਤ ਫਰਮਾਏ, ਅੱਲਾਹ ਸਭ ਨੂੰ ਪਰਦਾ ਇਸਲਾਮ ਇੱਜ਼ਤ ਨਸੀਬ ਫਰਮਾ, ਅੱਲਾਹ ਸਾਡੀ ਸਾਰਿਆਂ ਦੀ ਇੱਜ਼ਤ ਦੀ ਹਿਫਾਜ਼ਤ ਫਰਮਾ, ਅੱਲਾਹ ਮੁਲਕੇ ਪਾਕਿਸਤਾਨ ਦੀ ਹਿਫਾਜ਼ਤ ਫਰਮਾ, ਹਰ ਦੁਸ਼ਮਣ ਦੇ ਸ਼ਰ ਫਿਤਨੇ ਕੋਲੋਂ ਮਹਫੂਜ਼ ਫਰਮਾ, ਹਰ ਮੈਨ ਸ਼ਰੀਫ ਰਹਿਣ ਦੀ ਅੱਲਾਹ ਹਿਫਾਜ਼ਤ ਫਰਮਾਏ, ਅੱਲਾਹ ਇਸਲਾਮ ਦੇ ਚੱਲਣ ਵਾਲੇ ਹੁਕਮਰਾਨ ਇਸ ਮੁਲਕ ਨੂੰ ਨਸੀਬ ਫਰਮਾਵੇ। ਸੱਲੱਲਾਹੁ ਤਾਲਾ ਅਲਾ ਖੈਰਿ ਖਲਕਿ ਮੁਹੰਮਦ ਵਾਲੀ ਵਸਾਹਬੇ ਅਜਮਾਈਨ ਰਹਿਮਤੁਕਾ ਯਾ ਅਰਹਮਰ ਰਾਹਿਮੀਨ। اذان کی متصل بعد نماز ہو جائے گی، تمام آباء و بزرگ فرمائیں۔